वेलकम बैक टू माई चैनल। किदा सारे, आई होप सब बहुत ज़्यादा वधिया होंगे। तो गाइज, अज मैं तुहानू दसदा, अज कैनेडा च हैगा है ब्लैक फ्राइडे, मतलब बहुत ज़्यादा वड्डी सेल लगती है। कैनेडियंस जिहड़े हुंदे आ, ओह तां बहुत ज़्यादा ही सेल नू लैके एक्साइटेड हुंदे आ। बट ये मेरा फर्स्ट ब्लैक फ्राइडे है कैनेडा च, तो मैनू नहीं पता किदा दा सब कुछ हुंदा की आ। तो अज आपां जाके देखदे आ गाइज, आपां चलो चलदे आ हुण ते देखदे आ सेल किदा दी हैगी। तो चलो गाइज, हुण आपां चलदे आ गड्डी च। फ्रेंड्स मेरी वेट कर रहे हैं, तो आप तुरदे आ। सो लेट्स शॉपिंग करा। तो अपना जमा है 5 मिनट का रास्ता। तुसी देखो कैनेडा का व्यू कितना सोहना है। सोहना आ रहा है ना? अपना कैनेडा। नहीं नहीं, आप व्यू से फोकस करिए, मैं इतनी सोहनी नहीं लग रही। मैं बॉडी मेनू बहुत ही ज्यादा सही रेट च लग रही ने। हुण आपां इहनू करदे आ ट्राई, जे मेनू वधिया लगे ते मैं इहनू बाय कर लांगी। सो चलो। सो इसी अपना हडसन बई गाइस, अपनी शॉपिंग आप जा रहे हैं। हम नौना को ले शूज वगैरह देख रहे थे, तो चलो हम चलते अपनी शॉपिंग। डन तो कि मतलब थोड़े जी मैं डिस्काउंट मिल गया, बाकी बहुत सोहने सोहने कपड़े से तुम्हें बाद दिखावे। तो हम आप निकल गया, तो हम आप कि होर गेड़ा वगैरह मार के देखते हैं होर कि है। चलो। सो ब्यूटीफुल, सो एलीगेंट, जस्ट लुकिंग लाइक जो उन्हें देख लिया ना, उन्हें मेरा फोन खड़ गया। Just looking like a ball. बोल लॉरे ना लॉरे लॉरे तो है ही नहीं, ए है लास्ट लॉरे लॉरा ब्रांड लॉरा आ गया। बोल लेमन दोबारा बोल। लुलु लेमन, लुलु लेमन। समझ रहे हो, समझ रहे हो ना? कोई होर देख दे। सेल बहुत ही वधिया लगी है गाइस। आर्डिन ते गाइस अपनी शॉपिंग डन हो गई है, आपां शूज ले ले आ, ते हुण आपां जा रहे आ इंदे हेडफोन्स लैण। यार ये अपना बस टर्म नहीं, कुड़िया मैंने गलत रस्ते लाई, आप उस पास निकलना से अपनी पार्किंग। ओ वाह यार व्यू देखो कितना सोहना आ रहा है। गाइस ये देख लो अपने पिंड का बस टर्मिनल, इतने बसेस होंगे हर नंबर की अड्डा स्टॉप पर रुकदिया ने।
ਗਾਈਸ ਤੇ ਆਪਾਂ ਪਹੁੰਚ ਗਿਆ ਹੁਣ ਬੈਸਟ ਬਾਏ ਕੁੜੀ ਦੇ ਹੈੱਡਫੋਨਸ ਲੈਣ ਕਿਹੜੀ ਕੰਪਨੀ ਦੇ ਲੈ ਲਿਆ JBL ਐਂਡ ਦੂਜੀ ਸੋਨੀ ਸੋ ਦੇਖਦੇ ਆਪਾਂ ਨੂੰ ਕਿਹੜੇ ਬਾਕੀ ਫਰਾਈਡੇ ਬਲੈਕ ਫਰਾਈਡੇ ਦੀ ਡੀਲਸ ਹੈਗੀ ਆ ਸੋ ਤੋ ਜੀ ਦੇਖ ਲਓ ਬਲੈਕ ਫਰਾਈਡੇ ਦੀ ਫੋਨਾਂ ਦੀ ਲੈਣਾ ਮੈਂ ਤਾਂ ਲੈਣਾ ਵੀ ਹੋਣਾ ਹੁਣ ਤਾਂ ਵੀ ਨਹੀਂ ਲੈਂਦੀ ਜੇ ਸਭ ਦੀ ਲੈਣਾ ਸੋ ਜਿਹੜੇ ਬਾਕੀ ਸੀ ਹੈੱਡਫੋਨਸ ਹੈ ਨਾ ਉਹ ਕੀ ਕਹਿੰਦੇ ਇਹਦੀ ਔਕਾਤ 'ਚ ਨਹੀਂ ਸੀ $300-$400 ਅਤੇ ਇਹ ਆਫਟਰ ਡਿਸਕਾਊਂਟ ਸਾਨੂੰ $100 'ਚ ਮਿਲ ਗਿਆ ਸੋ ਬਟ ਇਹਦੇ 'ਚ ਵੀ ਸ਼ਾਇਦ ਟੈਕਸ ਲੱਗੂਗਾ $100-$120 ਸਮਥਿੰਗ ਹਾਂਜੀ ਗਾਈਸ ਹੁਣ ਮੈਂ ਬਹੁਤ ਜ਼ਿਆਦਾ ਥੱਕ ਗਿਆ ਅਤੇ ਆਪਾਂ ਆ ਗਿਆ ਹੁਣ ਘਰ ਅਤੇ ਪਹਿਲਾਂ ਹੁਣ ਕੁਛ ਖਾ ਲਈਏ ਬਿਕੋਜ਼ ਸਵੇਰ ਦੇ ਇੰਨੇ ਥੱਕੇ ਖਾ ਰਿਹਾ ਕੁਛ ਵੀ ਨਹੀਂ ਖਾਧਾ ਸਵੇਰ ਦਾ ਬਸ ਬ੍ਰੇਕਫਾਸਟ ਕੀਤਾ ਹੋਇਆ ਸੀ ਅਤੇ ਹੁਣ ਰਾਤ ਦੇ 8:30 ਹੋ ਗਿਆ ਟਾਈਮ ਨਹੀਂ ਲੱਗਿਆ ਖਾਣ ਦਾ ਵੀ ਕਿਉਂਕਿ ਲਾਈਨਾਂ ਰਸ਼ ਵਗੈਰਾ ਇੰਨਾ ਸੀ ਹੈ ਨਾ ਅਤੇ ਹੁਣ ਕੁਛ ਖਾ ਲਈਏ ਪਹਿਲੇ ਆਪਾਂ ਖਾ ਕੇ ਆਰਾਮ ਨਾਲ ਬਹਿ ਕੇ ਫਰੈਸ਼ ਫਰੁਸ਼ ਹੋ ਕੇ ਫਿਰ ਮੈਂ ਤੁਹਾਨੂੰ ਦਿਖਾਉਂਦੀ ਹਾਂ ਸਾਰੇ ਦਿਨ ਦੀ ਸ਼ੋਪਿੰਗ ਕੀ ਕੀਤੀ ਆਰਾਮ ਨਾਲ ਲੈਟਸ ਕੰਟੀਨਿਊ ਹਾਂਜੀ ਗਾਈਜ਼ ਅਤੇ ਆਪਾਂ ਹੁਣ ਖਾਣਾ ਵਗੈਰਾ ਖਾ ਲਿਆ ਅਤੇ ਮੈਂ ਬਹੁਤ ਜ਼ਿਆਦਾ ਥੱਕ ਗਿਆ ਤੁਸੀਂ ਮੇਰੀ ਸ਼ਕਲ ਦੇਖ ਸਕਦੇ ਹੋ ਮੈਨੂੰ ਆ ਰਹੀ ਬਹੁਤ ਜ਼ਿਆਦਾ ਨੀਂਦ ਬਟ ਮੈਨੂੰ ਸੀ ਮੈਂ ਇੱਕ ਵਾਰੀ ਤੁਹਾਨੂੰ ਸਾਰੀ ਸ਼ੋਪਿੰਗ ਦਿਖਾਦਾ ਅੱਜ ਦੀ ਵੀ ਮੈਂ ਕੀ ਕੀਤੀ ਦੈਨ ਫਿਰ ਮੈਂ ਵਲੌਗ ਐਂਡ ਕਰਦੀ ਹਾਂ ਦੇਖੋ ਅਤੇ ਹੁਣ ਮੈਂ ਤੁਹਾਨੂੰ ਦਿਖਾਉਂਦੀ ਹਾਂ ਥੋੜ੍ਹੀ ਜਿਹੀ ਸ਼ੋਪਿੰਗ ਆਹ ਕੱਪੜੇ ਸੀ ਆਹ ਮੈਂ ਸਾਰੇ ਲਿੱਤੇ ਸੀ ਵੀ ਕੱਲ੍ਹ ਕਿਉਂਕਿ ਕੱਲ੍ਹ ਵੀ ਬਲੈਕ ਫਰਾਈਡੇ ਸੇਲ ਚੱਲ ਰਹੀ ਸੀ ਮੈਂ ਫਰੀ ਸੀ ਚੱਲ ਗਈ ਜੀ ਕਰਕੇ ਜਿਹੜੀ ਚੀਜ਼ਾਂ ਮੈਂ ਸੋਚੀ ਸੀ ਨਾ ਮੈਂ ਯਾਰ ਲਵਾਂਗੀ ਬਾਅਦ 'ਚ ਇੱਕ ਵਾਰੀ ਕਰ ਸਕ ਉਹ ਮੈਂ ਅੱਜ ਫੇਰ ਲੈ ਗਿਆ ਦੇਖੋ ਸਭ ਤੋਂ ਪਿਆਰੀ ਚੀਜ਼ ਜਿਹੜੀ ਮੈਨੂੰ ਚਾਹੀਦੀ ਸੀ ਮੈਂ ਲਾਸਟ ਵਿੰਟਰ 'ਚ ਸੋਚਿਆ ਸੀ ਮੈਂ ਲਵਾਂਗੀ ਬਟ ਨਹੀਂ ਲੈ ਪਈ ਅਤੇ ਮੈਂ ਇਸ ਵਿੰਟਰ 'ਚ ਹੁਣ ਲਿੱਤੇ ਹੈ ਕਮੈਂਟਸ 'ਚ ਨਾ ਤੁਸੀਂ ਜ਼ਰੂਰ ਦੱਸਿਓ ਵੀ ਤੁਹਾਨੂੰ ਇਹਨਾਂ 'ਚੋਂ ਕਿਹੜਾ ਕੱਪੜਾ ਸਭ ਤੋਂ ਵਧੀਆ ਲੱਗਿਆ ਵਿੱਚ ਵਨ ਯੂ ਲਾਈਕ ਦਾ ਮੋਸਟ ਮੈਂ ਵੀ ਦੇਖਾਂ ਕਿ ਮੇਰੇ ਸਬਸਕ੍ਰਾਈਬਰਸ ਨੂੰ ਕਿਹੜੇ ਪਿਆਰੇ ਲੱਗੇ ਕੱਪੜੇ ਹੈ ਨਾ ਅਤੇ ਜ਼ਰੂਰ ਸਾਰੇ ਕੱਪੜਿਆਂ 'ਚ ਮੈਂ ਜ਼ਰੂਰ ਛੇਤੀ ਛੇਤੀ ਪਾਵਾਂਗੀ ਹੁਣ ਬਿਕੋਜ਼ ਵਿੰਟਰ ਹੁਣ 2-3 ਮਹੀਨੇ ਤਾਂ ਹੈਗੇ ਆ ਆਰਾਮ ਨਾਲ ਜੇ ਕਿਤੇ ਗਈ ਅਤੇ ਗਾਈਜ਼ ਆ ਰਹੇ ਤੋਂ ਆ ਰਹੇ ਮੇਰੇ ਸਾਰੇ ਅੱਜ ਦੇ ਬਿੱਲਸ ਜਿੱਥੇ ਮੈਂ ਆਪਦੀ ਅੱਧੀ ਦਿਹਾੜੀ ਵੇਸਟ ਕੀਤੀ ਹੈ $750 ਗਾਈਜ਼ ਮੇਰੀ ਇੰਸਟਾਗ੍ਰਾਮ ਆਈਡੀ ਮੈਂ ਨੀਚੇ ਮੈਨਸ਼ਨ ਕਰ ਰਹੀ ਹਾਂ ਅਤੇ ਥੱਲੇ ਡਿਸਕ੍ਰਿਪਸ਼ਨ 'ਚ ਵੀ ਮੈਂ ਲਿੰਕ ਦੇ ਰਹੀ ਹਾਂ ਅਤੇ ਪਲੀਜ਼ ਉੱਥੇ ਮੈਨੂੰ ਫੋਲੋ ਕਰਨਾ ਨਾ ਭੁੱਲਿਓ ਤੁਹਾਨੂੰ ਸਾਰੀ ਫੋਟੋਜ਼ ਵੀਡੀਓ ਸਾਰੀ ਅਪਡੇਟਸ ਤੁਹਾਨੂੰ ਉੱਥੇ ਮਿਲਣਗੀਆਂ ਅਤੇ ਬਾਕੀ ਮੇਰੇ ਵਲੌਗ ਨੂੰ ਬਹੁਤ ਸਾਰਾ ਪਿਆਰ ਦਿਓ ਬਾਏ